पार्टी का नारा नहीं असी लाउणा है। असी इत्थे किसानां दी गल कर रहे हैं, किसान की गल करांगे। आपके एरिए आए असी किसानां दे पुत्त हां। दो गल्लां ने जिहड़ियां जरूरी समझण वालियां। पहला ही तुहानूं पता होगा जिहड़ा पहला मेन मुद्दा सी, उत्थों तों आपां करदे भड़क गए। 3 महीने पहला मेरी मदर की डैथ हुई है। डैथ कहदे नाल होई? कैंसर नाल। कैंसर कहदे नाल होया? पानी नाल। असी जाके दिल्ली लेके गए, मैनू उत्थों का डॉक्टर कहता भी थोड़ा एरिया बठिंडा। मैं क्या हाँ जी, कहने यार उत्थों का पानी सारी बेल्ट की गल करता, मैं मालवा बेल्ट की गल करता, कहीं अपनी गल नहीं करता, सारा पानी है जिहड़ा वह इन्ना क ज्यादा प्रॉब्लम चल चुका। ये इंडस्ट्रिया ने साडे घरे, असी लोगों कई मेरे वीर भरावान लगता होना कि यार कलाकार है, महंगी गड्डी च गेड़े लाउंदा, एसी लाके बैठा है, तां सड़दा है। साडे घरे कैंसर वड़िया, सानू पता असी किवें जूझे आ। हर चौथा घर, हर चौथे घरे कैंसर है, हर चौथे घरे कोई ना कोई मरीज पिया। बीकानेर नूं जिहड़ी ट्रेन जांदी है, रौले पहले उही नहीं निबड़े साडे। हुण साडे डाक्टर ने यह कहा भी भाई थोड़ी मदर नूं कैंसर है, यह पूरा शक है कि कल नूं थोनू भी हो सकता है। यह परिवारां च वड़ जांदा, पीढ़ियां च वड़ जांदा। हले तां ਉਹੀ ਨਹੀਂ ਯਾਰ ਆਪਣਾ ਖੜਾ ਛੱਡਦਾ ਸੀ, ਉੱਥੇ ਹੀ ਨਹੀਂ ਸੀ ਡਾਕਟਰਾਂ ਦੀਆਂ ਪਰਚੀਆਂ ਪੂਰੀਆਂ ਆਉਂਦੀਆਂ। ਆਹ ਨਵਾਂ ਸੱਪ ਕਰਤਾ, ਕਹਿੰਦੇ ਜੀ ਸਾਡੀ ਮਰਜ਼ੀ ਹੋਊਗੀ, ਫਸਲਾਂ ਤੁਹਾਡੀਆਂ, ਮਿਹਨਤ ਤੁਹਾਡੀ, ਮਰਜ਼ੀ ਸਾਡੀ। ਕਾਹਦੋਂ ਬਈ, ਕਾਹਦੋਂ? ਐਂ ਕਿਵੇਂ, ਐਂ ਕਿਵੇਂ? ਦੂਜੀ ਗੱਲ, ਮੈਂ ਜਿਹੜਾ ਸਾਡਾ ਨੈਸ਼ਨਲ ਮੀਡੀਆ, ਪਹਿਲਾਂ ਤਾਂ ਮੈਂ ਦੋ ਗੱਲਾਂ ਉਹਨਾਂ ਲਈ ਕਹਿਣੀਆਂ ਚਾਹੁੰਦਾ। ਸਾਡੇ ਪੰਜਾਬ ਵਾਲਾ ਮੀਡੀਆ ਸਾਰਾ ਇੱਥੇ ਪਹੁੰਚਿਆ, ਪਹਿਲਾਂ ਤਾਂ ਇਹਨਾਂ ਦਾ ਦਿਲੋਂ ਧੰਨਵਾਦ ਵੀ ਇਹ ਹਰ ਇੱਕ ਧਰਨੇ ਤੇ ਹਰ ਇੱਕ ਰੋਸ ਮੁਜ਼ਾਹਰੇ ਤੇ ਜਾ ਕੇ ਕਵਰ ਕਰ ਰਹੇ ਆ। ਪਰ ਨੈਸ਼ਨਲ ਮੀਡੀਆ ਮੈਂ ਦੇਖਿਆ 25 ਸਤੰਬਰ ਨੂੰ ਸਾਰਾ ਪੰਜਾਬ ਬੰਦ ਸੀ, ਸਾਰਾ ਪੰਜਾਬ ਧਰਨੇ ਤੇ ਸੀ, ਤੇ ਉੱਥੇ ਦਿਖਾਇਆ ਕੀ ਜਾ ਰਿਹਾ ਸੀ? ਫਲਾਨੀ ਐਕਟਰੈਸ ਦੇ ਪਰਸ ਚੋਂ ਕੁੜੀ ਲੱਭੀ, ਫਲਾਨੀ ਐਕਟਰੈਸ ਦੇ ਪਰਸ ਚ ਕੁੜੀ ਆ, ਉਹ ਚਿੱਟੇ ਦੀ ਆ ਕਿ ਉਹ ਕਾਹਦੀ ਆ, ਉਹਦੀ ਤਫਰੀਹ ਜਾ ਰਹੀ ਹੈ। ਉਹ ਇੱਥੇ ਅਸੀਂ ਮਰ ਰਹੇ ਹਾਂ ਯਾਰ, ਸਾਡੇ ਇੱਥੇ ਪੱਗਾਂ ਲੈ ਗਈਆਂ ਸਰਦਾਰਾਂ ਦੀਆਂ, ਸਾਡੇ ਪਿਓ ਦਾਦਿਆਂ ਦੀਆਂ, ਤੁਸੀਂ ਕੀ ਦਿਖਾਈ ਜਾਂਦੇ ਹੋ? ਸਿਰਫ ਇਸ ਗੱਲ ਕਰਕੇ ਬਈ ਧਿਆਨ ਨਾ ਜਾਵੇ, ਕਿਤੇ ਇੰਡੀਆ ਲੈਵਲ ਤੇ ਪਤਾ ਨਾ ਲੱਗ ਜਾਵੇ ਵੀ ਉੱਥੇ ਮਰਨ ਨੂੰ ਤਿਆਰ ਨੇ ਬੰਦੇ, ਉੱਥੇ ਰੇਲਾਂ ਘੇਰੀਆਂ ਜਾਂਦੀਆਂ, ਕਿਤੇ ਐਂ ਨਾ ਪਤਾ ਲੱਗ ਜਾਵੇ ਗੱਡੀ ਹੋਰ ਹੀ ਪਾਸੇ ਘੁਮਾਈ ਫਿਰਦੇ ਆ। ਤੁਹਾਨੂੰ ਫਿਰ ਇਹ ਪਤਾ ਹੋਊਗਾ ਪਿੱਛੇ ਦੇ। ਬਹੁਤ ਦੁੱਖ ਦੀ ਘਟਨਾ, ਇਨਸਾਫ਼ ਹੋਣਾ ਚਾਹੀਦਾ, ਇਨਸਾਫ ਚੱਲ ਵੀ ਰਿਹਾ। ਪਰ ਇੱਕ ਗੱਲ ਮੈਂ ਹੋਰ ਕਰਨੀ, ਕਿਸੇ ਨੂੰ ਪਤਾ ਲੋਕਡਾਊਨ ਤੋਂ ਲੈ ਕੇ ਹੁਣ ਤੱਕ 8600 ਕਿਸਾਨ ਖੁਦਕੁਸ਼ੀ ਕਰ ਚੁੱਕੇ ਆ? ਕਿਸੇ ਇੱਕ ਵੀ ਮੀਡੀਆ ਵਾਲੇ ਨੇ ਕਵਰ ਕੀਤਾ? ਕੀਤਾ ਕਿਸੇ ਨੇ ਕਵਰ? ਇੱਕ ਵਾਰੀ ਵੀ ਕਿਸੇ ਨੈਸ਼ਨਲ ਮੀਡੀਆ ਤੇ ਚੱਲਿਆ ਵੀ ਪੰਜਾਬ ਦਾ ਕਿਸਾਨ ਫਾਹੇ ਲੈ ਲੈ ਮਰ ਰਿਹਾ? ਤੇ ਕਰਜ਼ਾ ਪਤਾ ਕਿੰਨਾ? 40,000, 50,000, 80,000। ਕਈ ਵਾਰੀ ਸਾਡੇ ਨਾਲ ਫੋਨ ਤੇ ਕਿਸੇ ਵੀਰ ਭਰਾ ਦੀ ਗੱਲ ਹੁੰਦੀ ਹੈ, ਜਿੰਨੇ ਜੋ ਕਿਹਾ ਕਿ ਅਸੀਂ ਕਰਦੇ ਹਾਂ ਬਈ ਯਾਰ ਸਾਡੇ ਦਾਦੇ ਨੇ ਫਾਹਾ ਲੈ ਲਿਆ, 80,000 ਕਰਜ਼ਾ ਸੀ। ਉਹ ਯਾਰ ਆਹ ਵੀ ਦਿਖਾ ਦਿਓ ਕਾਹਤੋਂ? ਜਦੋਂ ਤਾਂ ਪੰਜਾਬ ਦੀ ਲੋੜ ਸੀ, ਜਦੋਂ ਸਾਰੇ ਇੰਡੀਆ ਨੂੰ ਪੰਜਾਬ ਦੀ ਲੋੜ ਸੀ, ਅੱਜ ਤੋਂ 25-30-35 ਸਾਲ ਪਹਿਲਾਂ, ਉਦੋਂ ਕੀ ਚਲਾਉਂਦਾ ਸੀ ਮੀਡੀਆ? ਪੰਜਾਬ ਅੰਨਦਾਤਾ ਜੀ, ਪੰਜਾਬ ਅੰਨਦਾਤਾ ਜੀ, ਪੰਜਾਬ ਆਏ ਆ ਜੀ, ਪੰਜਾਬ। ਹੁਣ ਕੀ ਹੋ ਗਿਆ? ਹੁਣ ਜਦੋਂ ਹੋਰ ਸਟੇਟਾਂ ਦੇ ਵਿੱਚ ਉਤਪਾਦਨ ਵੱਧ ਗਿਆ, ਤੁਹਾਡਾ ਬਾਹਰਲੀ ਸੈਟਿੰਗ ਬੈਠ ਗਈ, ਤੁਸੀਂ ਆਪਦੇ ਵੱਡੇ ਬਿਜ਼ਨਸ ਟਾਈਕੂਨਾਂ ਨਾਲ ਇੱਥੇ ਹੀ ਜੰਮੇ ਪਲੇ ਆ, ਇੱਥੇ ਤੁਹਾਡੇ ਵਰਗੇ ਹੀ ਆ, ਤੁਹਾਡੇ 'ਚ ਸਿਰਫ ਤਾਂ ਆਏ ਹਾਂ ਯਾਰ, ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ, ਅਸੀਂ ਵੀ ਦੇਖਿਆ ਦਰਦ ਹੰਡਾਇਆ। ਤੇ ਹੁਣ ਜੇ ਆਪਾਂ ਕਹਿ ਦਈਏ ਵੀ ਯਾਰ ਇੰਨੀ ਧੱਕੇਸ਼ਾਹੀ, ਕੰਟਰੈਕਟ ਫਾਰਮਿੰਗ ਦੀ ਜਿਹੜੀ ਪਲੈਨਿੰਗ ਹੈ ਨਾ, ਇਹ ਅੱਜ ਦੀ ਨਹੀਂ ਚੱਲ ਰਹੀ। ਮੋਗੇ ਕਨੀ ਕਦ ਦੇ ਪਲਾਂਟ ਲੱਗ ਚੁੱਕੇ ਆ, ਅਡਾਨੀ ਹੁਣਾਂ ਦੇ ਕਦ ਦੇ ਪਲਾਂਟ ਲੱਗ ਚੁੱਕੇ ਆ? ਇਹ ਪਲੈਨਿੰਗ ਅੱਜ ਦੀ ਨਹੀਂ, ਇਹ ਤਾਂ ਸਿਰਫ ਕੋਰੋਨਾ ਦੇ ਮਾਹੌਲ ਦੇ ਵਿੱਚ ਇੱਕ ਛੁਰਲੀ ਛੱਡੀ ਸੀ ਵੀ ਐਂ ਨਿਕਲ ਜੂ, ਪਤਾ ਨਹੀਂ ਲੱਗਣਾ। ਪਤਾ ਕਿਉਂ ਨਹੀਂ ਲੱਗਿਆ? ਆਹ ਖੜੇ ਆ, ਪਤਾ ਕਿਵੇਂ ਨਾ ਲੱਗੂ? ਐਂ ਕਿਵੇਂ ਤੇ ਵੀ ਆਉਣੇ ਮੇਰਾ ਵੀਰੇ, ਇਸ ਤੋਂ ਬਾਅਦ ਆਉਣੇ ਆ। ਦੂਜੀ ਗੱਲ, ਜਦੋਂ ਕੋਰੋਨਾ ਹੋਇਆ ਨਾ, ਸਾਰੇ ਧਾਰਮਿਕ ਸਥਲ ਉਦੋਂ ਬੰਦ ਹੋ ਗਏ ਸੀ, ਲੋਕ ਸਭਾ ਬੰਦ ਸੀ, ਰਾਜ ਸਭਾ ਬੰਦ ਸੀ। ਜਦੋਂ ਤਕੜੇ ਤਕੜੇ ਬਿਜ਼ਨਸ ਟਾਈਕੂਨ, ਤਕੜੇ ਤਕੜੇ ਸੈਂਟਰ ਲੈਵਲ ਦੇ ਮਿਨਿਸਟਰ ਲੀਡਰ ਘਰੇ ਸੀ ਨਾ, ਉਦੋਂ ਇੱਕੋ ਮੰਦਿਰ ਖੁੱਲ੍ਹਾ ਸੀ, ਉਹ ਮੰਦਿਰ ਸੀ ਸਾਡੇ ਖੇਤ।
ਇੱਕੋ ਹੀ ਮੰਦਰ ਖੁੱਲਾ ਸੀ, ਉਹ ਮੰਦਰ ਸਾਡੇ ਖੇਤ ਸੀ ਜਿੱਥੇ ਰੋਟੀ ਜਾਂਦੀ ਸੀ। ਬਸ ਐਂ ਨਹੀਂ ਬਰਦਾਸ਼ਤ ਹੋਇਆ ਵੀ ਕੋਰੋਨਾ ਚ ਵੀ ਪੰਜਾਬ ਦਾ ਕਿਸਾਨ ਆਪਦੀ ਰੋਟੀ ਹੱਕ ਦੀ ਕਮਾਈ ਖਾ ਰਿਹਾ ਤੇ ਸੌ ਰਿਹਾ। ਇਹ ਕਹਿੰਦੇ ਇਹ ਤਾਂ 8600 ਮਰਿਆ, ਸਾਡੀ ਪਲੈਨਿੰਗ ਤਾਂ 18000 ਦੀ ਸੀ, ਇਹ ਤਾਂ ਘੱਟ ਗਏ। ਸੋ ਜਿਹੜੇ ਗਲਤ ਅਨਸਰ ਨੇ, ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਸਾਰੀਆਂ ਪਾਰਟੀਆਂ ਚ ਉੱਤੇ ਉੱਠ ਕੇ, ਕਿਸੇ ਵੀ ਪਾਰਟੀ ਦਾ ਆਪਾਂ ਜ਼ਿਕਰ ਨਹੀਂ ਕਰਦੇ, ਜ਼ਿਕਰ ਹੋਊ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ। ਮੇਰੇ ਮਗਰ ਤੁਸੀਂ ਹੁਣ ਨਾਰਾ ਲਾਉਣਾ, ਮੈਂ ਕਿਸਾਨ ਏਕਤਾ ਕਹਿਣਾ, ਜਿੰਨਾ ਜਿੰਨਾ ਬਾਈ ਆਪਾਂ ਕੂਕ ਮਾਰਦੇ ਆ ਨਾ ਸਾਡੇ ਗਾਣਿਆਂ ਤੇ, ਉਦੋਂ ਤਿੱਗਣੀ ਕੂਕ ਚਾਹੀਦੀ ਆ ਮੈਨੂੰ ਜਿੰਦਾਬਾਦ ਤੇ ਐਤ ਕੇ। ਕਿਸਾਨ ਏਕਤਾ, ਕਿਸਾਨ ਏਕਤਾ, ਐਂ ਗੱਲ ਬਣਦੀ ਹੈ। ਇੱਕ ਹੋਰ, ਮਜ਼ਦੂਰ ਏਕਤਾ ਕਹੂੰਗਾ ਮਗਰ ਇੰਨਾ ਹੀ ਜੋਸ਼ ਚਾਹੀਦਾ। ਮਜ਼ਦੂਰ ਏਕਤਾ, ਮਜ਼ਦੂਰ ਏਕਤਾ, ਜਿੰਨੇ ਸਾਡੇ ਭਰਾ ਇੱਥੇ ਯੰਗ ਖੜੇ ਆ ਨਾ, ਜਿੰਨੀ ਯੂਥ ਖੜੀ ਹੈ, ਆਪਾਂ ਨੂੰ ਹਲੇ ਤੱਕ ਪਤਾ ਕੀ ਹੈ, ਸੈਂਟਰ 'ਚ ਇਹ ਲੱਗਦਾ ਸੀ ਵੀ ਪੰਜਾਬ ਦੇ ਪੱਲੇ ਜਵਾਨੀ ਹੈ, ਪੰਜਾਬ ਦੇ ਪੱਲੇ ਖੇਤ ਹੈ, ਇਹ ਦੋ ਚੀਜ਼ਾਂ ਹੈ, ਇਹ ਤੇ ਡਾਕਾ ਮਾਰੋ। ਵੀਰੇ ਟੂਟੀ 'ਚੋਂ ਪਾਣੀ ਚੱਲਦਾ ਹੋਵੇ ਨਾ, ਚਾਹੇ ਜਿੰਨਾ ਮਰਜ਼ੀ ਤੇਜ਼ ਹੋਵੇ, ਟੂਟੀ ਕਸੋ ਪਾਣੀ ਬੰਦ ਹੋ ਜਾਂਦਾ। ਇਹ ਕਹਿੰਦੇ ਆ ਜੀ ਬਾਰਡਰਾਂ ਤੋਂ ਚਿੱਟਾ ਆ ਰਿਹਾ, ਸਾਡੇ ਕੰਟਰੋਲ ਤੋਂ ਬਾਹਰ ਹੈ, ਬਾਰਡਰ ਤੇ ਮੱਖੀ ਭਿਣਕੀ ਨਹੀਂ ਦਿੰਦੇ, ਬਾਰਡਰ ਤੇ ਇੱਕ ਪਰਿੰਦਾ ਪਰ ਨਹੀਂ ਮਾਰ ਸਕਦਾ। ਚਿੱਟੇ ਦੇ ਪੈਕਟ ਐਂਟ ਪਾਉਂਦੇ ਆ ਜਿਵੇਂ ਰੇਲਾਂ ਲੰਘਦੀਆਂ। ਇਹ ਵੀਰੇ ਇਹ ਆਪਾਂ ਨੂੰ, ਮੈਂ ਹੁਣ ਵੀ ਕਹੂੰਗਾ ਬਈ ਮੀਡੀਆ ਨੂੰ ਵੀ ਮੈਂ ਇੱਕ ਦਰਖਾਸਤ ਕਰਦਾ ਛੋਟੀ ਜੀ, ਵੀ ਅੱਜ ਦਾ ਜਿਹੜਾ ਇਹ ਧਰਨਾ ਨਾ, ਇਹਦੀ ਹੈਡਲਾਈਨ ਐਂ ਨਹੀਂ ਲੱਗਣੀ ਚਾਹੀਦੀ ਵੀ ਅਮਰਤ ਮਾਨ, ਜਸ ਬਾਜਵਾ, ਆਰਨੇਤ, ਰਾਜਵੀਰ ਜਵੰਦਾ ਗੋਂਡਿਆਣਾ ਮੰਡੀ ਚ ਹੋਏ ਇਕੱਠੇ ਨਾ, ਇਹਦੀ ਹੈਡਲਾਈਨ ਇਹ ਲੱਗਣੀ ਚਾਹੀਦੀ ਹੈ ਗੋਂਡਿਆਣਾ ਮੰਡੀ ਦੇ ਸਾਰੇ ਵਪਾਰੀ ਵਰਗ, ਕਿਸਾਨ ਵਰਗ, ਮਜ਼ਦੂਰ ਵਰਗ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ। ਮੈਂ ਬੇਨਤੀ ਕਰਦਾ, ਰਿਕੁਐਸਟ ਕਰਦਾ ਕਿ ਸਾਡਾ ਕਿਤੇ ਵੀ ਕੋਈ ਨਾਮ ਨਾ ਲਿਓ ਯਾਰ, ਨਾਮ ਪਰਮਾਤਮਾ ਨੇ ਤੇ ਤੁਸੀਂ ਸਾਡਾ ਪਹਿਲਾਂ ਹੀ ਸਾਨੂੰ ਪਿਆਰ ਦੇ ਕੇ ਬਹੁਤ ਬਣਾਤਾ। ਆਹ ਹੁਣ ਮਸ਼ਹੂਰੀਆਂ ਖੱਟਣ ਦਾ ਟਾਈਮ ਨਹੀਂ, ਸਾਡਾ ਭਰਾ ਜਸ ਬਾਜਵਾ ਮੈਂ ਦੇਖ ਰਿਹਾ ਪਿਛਲੇ ਕਿੰਨੇ ਦਿਨਾਂ ਤੋਂ ਨੌਨ ਸਟੋਪ ਹੱਕ 'ਚ ਬੋਲ ਰਿਹਾ, ਕਾਹਦੇ ਲਈ, ਨੌਜਵਾਨ ਜਗਾਉਣਾ ਆਪਾਂ ਕਿਹਨੂੰ ਹੈ, ਨੌਜਵਾਨਾਂ ਨੂੰ। ਇਹ ਜਿਹੜੀ GDP ਹੈ, ਗਰੋਥ ਰੇਟ ਹੈ, ਮਾਈਨਸ 'ਚ ਚਲੀ ਗਈ ਸੀ, ਮਾਈਨਸ 7-8 ਤੋਂ ਚੱਲੀ ਹੈ, ਇਹ ਸਾਰਾ ਪ੍ਰੋਪੇਗੰਡਾ ਹੈ। ਤੁਸੀਂ ਐਂ ਕਰਿਓ, ਲੈ ਹੁਣ ਜਿੱਦਣ ਪੰਜਾਬ 'ਚ ਦੁਬਾਰਾ ਬੰਦ ਹੋਇਆ ਜਾਂ ਦੁਬਾਰਾ ਮੋਰਚਾ ਹੋਇਆ, ਮੇਰੇ ਕਹਿਣ 'ਤੇ ਤੁਸੀਂ ਇੱਕ ਕੰਮ ਕਰਨਾ, ਤੁਸੀਂ ਵੱਡੇ ਜਿਹੜੇ ਨੈਸ਼ਨਲ ਮੀਡੀਆ ਚੈਨਲ ਆ ਉਹ ਖੋਲ੍ਹ ਕੇ ਬਹਿਣਾ, ਤੁਸੀਂ ਸਿਰਫ ਇਹ ਦੇਖਣਾ ਵੀ ਪੰਜਾਬ ਦੇ ਬਾਰਡਰਾਂ 'ਤੇ ਲੱਗੇ ਮੋਰਚਿਆਂ ਨੂੰ ਕੋਈ ਮੀਡੀਆ ਕਵਰ ਕਰ ਰਿਹਾ ਕਿ ਨਹੀਂ ਕਰ ਰਿਹਾ। ਉੱਥੇ ਤਾਂ ਐਂ ਵੀ ਦੱਸਿਆ ਜਾਂਦਾ ਫਲਾਨੇ ਦੀ ਖੁੱਡ 'ਚ ਸੱਪ ਨਿਕਲਿਆ, ਫਲਾਨੇ ਦੀ 'ਚ ਵੜ ਗਿਆ,